ਆਰਡਰ ਜੀ ਡਿਲੀਵਰ ਕਰ ਦਿੱਤਾ ਸਾਡੇ ਕਰੋਨੇ ਸਾਨੂੰ ਆ ਗਏ ਨੇ 81 ਕਰੋਨੇ ਠੰਡ ਦੀ ਸ਼ਿੱਦਤ ਬਹੁਤ ਵੱਧ ਗਈ ਹੈ ਅਤੇ ਕੰਮ ਵੀ ਸਾਡਾ ਹੋ ਗਿਆ ਸਟਾਰਟ 5 ਵਜੇ ਸਹੀ ਕੰਮ ਸਟਾਰਟ ਹੋ ਜਾਂਦਾ ਬਾਕੀ ਉਂਝ ਵਿਹਲੇ ਹੀ ਬਹਿਣਾ ਹੁੰਦਾ ਇਹ ਹੁਣ ਅਸੀਂ ਚੱਲੇ ਹਾਂ ਜੀ ਆਰਡਰ ਦੇਣ ਪਹਿਲੇ ਤਾਂ ਲੈਣ ਚੱਲੇ ਹਾਂ ਸ਼ੋਪ ਅਤੇ ਫਿਰ ਬਾਅਦ 'ਚ ਦੇਣਾ ਇਹ ਜੀ ਸਟਾਕਹੋਮ ਸਿਟੀ ਦਾ ਦਰਵਾਜ਼ਾ ਇਹ ਇੱਥੋਂ ਸ਼ੁਰੂ ਹੁੰਦੀ ਹੈ ਸਿਟੀ ਇਹ ਸਾਰੀ ਬੈਕ ਸਾਈਡ 'ਤੇ ਇੱਧਰ ਅਸਲਾਮੁ ਅਲੈਕੁਮ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋ ਵਧੇ ਇਸ ਟਾਈਮ ਜੀ ਅਸੀਂ ਸਵੀਡਨ 'ਚ ਮੌਜੂਦ ਹਾਂ ਸਟਾਕਹੋਮ ਸ਼ਹਿਰ ਦੇ ਵਿੱਚ ਸਿਟੀ ਤੋਂ ਥੋੜ੍ਹਾ ਅਟਕੀ 10 ਕਿਲੋਮੀਟਰ ਅਤੇ ਬਾਕੀ ਤੁਸੀਂ ਵੇਖ ਸਕਦੇ ਹੋ ਬ੍ਰਸਲ ਦਾ ਸਾਡਾ ਆਖਰੀ ਵਲੋਗ ਸੀ ਬੈਲਜੀਅਮ ਦਾ ਉਹਦੇ ਬਾਅਦ ਸਵੀਡਨ ਜਿਸ ਦਿਨ ਉਤਰਿਆ ਉਸ ਦਿਨ ਬੈਲ ਟੁੱਟ ਗਿਆ ਇਸ ਕਰਕੇ ਕੋਈ ਵੀਡੀਓ ਕੋਈ ਵਲੋਗ ਨਹੀਂ ਆਇਆ ਅਤੇ ਵੇਖ ਲਓ ਬਰਫ਼ ਬਹੁਤ ਜ਼ਿਆਦਾ ਇਹਦੇ ਪੈ ਗਈ 2 ਦਿਨ ਦਾ ਨਤੀਜਾ ਕਿ ਇਹ ਰੋਡਾਂ ਛੋਟਾਂ ਤੋਂ ਇਕੱਠੀ ਕਰ ਦਿੰਦੇ ਨੇ ਅਤੇ ਸਾਈਡਾਂ 'ਤੇ ਵੇਖ ਸਕਦੇ ਹੋ ਤੁਸੀਂ ਬਹੁਤ ਹਿੰਮਤ ਹੈ ਜੀ ਇਹਨਾਂ ਦੀ ਅੱਜ ਮੀਂਹ ਦੇ ਬਾਰਿਸ਼ ਸ਼ਾਇਦ ਹੀ ਅਤੇ ਮੌਸਮ ਠੀਕ ਹੋ ਜਾਂਦਾ ਬਰਫ਼ ਵੀ ਥੋੜ੍ਹੀ ਖੁਰ ਜੇ ਦੀ ਬਾਕੀ ਤੁਹਾਨੂੰ ਕਰਾਉਂਦੇ ਹਾਂ ਹੁਣ ਸਟਾਕਹੋਮ ਦੀ ਸੈਰ ਇਹ ਸਾਡਾ ਇਲਾਕਾ ਟੋਟਲ ਉਹ ਸਿੰਘ ਇਸ ਟਾਈਮ ਘਰ ਦੀ ਤਰਫ ਮੈਂ ਆ ਗਿਆ ਅਤੇ ਇੱਥੋਂ ਗੱਡੀ 'ਤੇ ਅਸੀਂ ਨਿਕਲਣਾ ਕੰਮ ਦੀ ਤਰਫ ਮੋਟਰਸਾਈਕਲ ਉੱਥੇ ਖਲੇ ਆਉਂਦੇ ਇਸ ਕਰਕੇ ਉੱਥੇ ਮੈਂ ਕੰਮ ਕਰਨਾ ਡਿਲੀਵਰੀ ਦਾ ਇਹ ਅੱਗੇ ਬਿਲਕੁਲ ਸਾਡਾ ਘਰ ਹੈ ਅਜੇ ਬਹੁਤ ਜ਼ਿਆਦਾ ਬਰਫ਼ ਖੁਰ ਗਈ ਹੈ 2 ਦਿਨ ਪਹਿਲੇ ਬਰਫ਼ ਪਈ ਹੈ ਬਾਕੀ ਹੁਣ ਤਾਂ ਠੀਕ ਹੈ ਥੋੜ੍ਹਾ ਸਿਸਟਮ ਚੱਲ ਹੀ ਜਾਂਦਾ ਇਹ ਜੀ ਚਾਬੀ ਜਿਹੜੀ ਇੱਥੇ ਕਰਕੇ ਲਾ ਕੇ ਅਤੇ ਡੋਰ ਸਾਡਾ ਹੋ ਜਾਣਾ ਓਪਨ ਹੁਣ ਚੱਲੇ ਜੀ ਕੰਮ 'ਤੇ ਗੱਡੀ 'ਤੇ ਅੱਗੇ ਬੂਨਾਲੀ ਮੈਂ ਟੁਰ ਜਾਂਦਾ ਸੁਬਹਾ ਸੁਬਹਾ ਸਿਟੀ ਤੱਕ ਅਤੇ ਅੱਜ ਮੈਂ ਜਾਵਾਂਗਾ ਅੰਕਲ ਨਾਲ ਅੰਕਲ ਨੂੰ ਮੈਂ ਕੇ ਗੱਡੀ ਸਟਾਰਟ ਕਰੋ ਅਤੇ ਫਿਰ ਪਵੀ ਅਸੀਂ ਮਾਸ਼ਾ ਅੱਲਾ ਮੌਸਮ ਵੀ ਬਹੁਤ ਖੂਬਸੂਰਤ ਹੈ ਇਹ ਜੀ ਆ ਗਏ ਜੀ ਅਸੀਂ ਸੁੰਦੇ ਬੈਰੀ ਇਲਾਕੇ 'ਚ ਸਟਾਕਹੋਮ ਦਾ ਇਹ ਇੱਕ ਇਲਾਕਾ ਹੈ ਇਹ ਵੇਖ ਸਕਦੇ ਹੋ ਸਾਡੇ ਅੰਕਲ ਨੇ ਇੱਥੇ ਉੱਪਰ ਦਾ ਕੰਮ ਕਰਦੇ ਨੇ ਡਿਲੀਵਰੀ ਦਾ ਗੱਡੀ 'ਤੇ ਅਸੀਂ ਮੋਟਰਸਾਈਕਲ 'ਤੇ ਕਰਦੇ ਹਾਂ ਫਰਕ ਪਾਸੇ ਦਿੰਦੇ ਹਾਂ ਇਹ ਵੇਖ ਸਕਦੇ ਹਾਂ ਸਟਾਕਹੋਮ ਸਿਟੀ ਇੱਥੋਂ ਤਕਰੀਬਨ 7-8 ਕਿਲੋਮੀਟਰ ਦੂਰ ਹੈ ਇਹ ਸੁੰਦੇ ਬੈਰੀ ਉਹਦਾ ਹੀ ਇੱਕ ਇਲਾਕਾ ਹੈ ਇਹ ਜੀ ਕੰਮ ਹੋ ਗਿਆ ਸਟਾਰਟ ਅਤੇ ਆਰਡਰ ਮੈਕਡੋਨਲ ਦਾ ਚੁੱਕਿਆ ਇਹ ਹੋ ਗਿਆ ਬੰਦ ਅਤੇ ਇਹ ਅਸੀਂ ਲਾ ਲਿਆ ਨਕਸ਼ਾ ਜਿੱਥੇ ਦੇਣਾ ਇਸ ਜਗ੍ਹਾ 'ਤੇ ਅਸੀਂ ਇੱਥੇ ਆਰਡਰ ਦੇਣਾ ਇਹਨੂੰ ਕਨਫਰਮ ਕਰ ਦਿਓ ਪਹਿਲੇ ਅਤੇ ਇਹ ਸਾਰਾ ਮੈਕਡੋਨਲ ਹੈ ਜਿੱਥੋਂ ਆਰਡਰ ਚੁੱਕੀਦੇ ਨੇ ਮਾਕਸ ਵਗੈਰਾ ਇਹਦੇ ਹੀ ਜ਼ਿਆਦਾ ਆਰਡਰ ਹੁੰਦੇ ਨੇ ਇੱਥੇ ਉੱਪਰ ਅਤੇ ਬੋਲਟ 'ਤੇ ਅਤੇ ਅਸੀਂ ਹੁਣ ਨਿਕਲੀਏ ਇਹ ਜੀ ਪੂਰੀ ਡਿਟੇਲ ਹੁੰਦੀ ਹੈ ਗਾਹਕ ਦੀ ਇੱਥੇ ਕੋਡ ਲਾਉਣਾ ਹੁੰਦਾ ਅਤੇ ਫਿਰ ਦਰਵਾਜ਼ਾ ਖੁੱਲ੍ਹਦਾ 2012 ਦਰਵਾਜ਼ਾ ਖੁੱਲ੍ਹ ਗਿਆ ਲਿਫਟ ਆ ਰਹੀ ਉੱਤੇ ਜਾ ਕੇ ਅਤੇ ਫੋਟੋ ਛਿੱਕ ਕੇ ਇਹ ਨਾ ਅੱਗੇ ਰੱਖ ਕੇ ਦਰਵਾਜ਼ੇ ਅੱਗੇ ਸਾਡਾ ਕੰਮ ਜਾਂਦਾ ਮੁੱਕ ਆਰਡਰ ਜੀ ਡਿਲੀਵਰ ਕਰ ਦਿੱਤਾ ਸਾਡੇ ਕਰੋਨੇ ਸਾਨੂੰ ਆ ਗਏ ਨੇ 81 ਕਰੋਨੇ ਅਤੇ ਇਹ ਜੀ ਸਾਡੀ ਬਾਈਕ ਇੱਥੇ ਜ਼ਿਆਦਾਤਰ ਡਿਲੀਵਰੀ ਵਾਸਤੇ ਇਹ ਯੂਜ ਹੁੰਦੀ ਹੈ ਅਸੀਂ ਹੁਣ ਨਿਕਲੀਏ ਮਾਕਸ 'ਤੇ ਜੀ ਆ ਗਏ ਹਾਂ ਅਸੀਂ ਮਾਕਸ 16 ਅਤੇ ਇੱਥੇ ਜ਼ਿਆਦਾਤਰ ਡਿਲੀਵਰੀ ਅਸੀਂ ਕਰਨੇ ਹਾਂ ਇਹਨਾਂ ਦੀ ਇੱਥੇ ਆਰਡਰ ਜ਼ਿਆਦਾ ਪੈਂਦੇ ਨੇ ਅਤੇ ਆਪਣਾ ਵੇਖ ਸਕਦੇ ਹੋ ਤੁਸੀਂ ਉਹ ਇੱਥੇ ਅੰਦਰ ਹੀ ਅਸੀਂ ਬਹਿੰਦੇ ਹਾਂ ਹੁਣ ਮੈਂ ਜ਼ਰਾ ਬਾਹਰ ਆਏ ਹਾਂ ਵੀਡੀਓ ਬਣਾਉਣ ਵਾਸਤੇ ਅਤੇ ਇਹ ਸਾਡੇ ਸਕੂਟਰ ਖੱਲੇ ਨੇ ਇਹ ਵਿਊ ਤੁਸੀਂ ਚੈੱਕ ਕਰ ਸਕਦੇ ਹੋ 16 ਦਾ ਮਾਕਸ 'ਤੇ ਬੈਠੇ ਹਾਂ ਜੀ ਸਵੀਡਨ ਕੰਟਰੀ 'ਤੇ ਬਹੁਤ ਖੂਬਸੂਰਤ ਹੈ ਮੌਸਮ ਦੇ ਲਿਹਾਜ਼ ਨਾਲ ਵੀ ਪਰ ਸਰਦੀ ਬਹੁਤ ਜ਼ਿਆਦਾ ਇੱਥੇ ਕੰਮ ਦੇ ਲਿਹਾਜ਼ ਨਾਲ ਵੀ ਠੀਕ ਹੈ ਗਰੀਸ ਨਾਲੋਂ ਪੇਪਰਾਂ ਦੇ ਲਿਹਾਜ਼ ਨਾਲ ਵੀ ਉਂਝ ਵੀ ਇਸ ਟਾਈਮ ਮਾਕਸ 'ਤੇ ਅਸੀਂ ਬੈਠੇ ਹਾਂ ਜਾਂ ਮੈਕਡੋਨਲ 'ਤੇ ਜ਼ਿਆਦਾ ਆਰਡਰ ਹੁੰਦੇ ਨੇ ਉੱਬਰ ਦੇ ਜਾਂ ਬੋਲਟ ਦੇ ਇਸ ਟਾਈਮ ਜ਼ਿਆਦਾ ਮਾਕਸ 'ਤੇ ਹੀ ਹੋਈਦਾ 8-9 ਵਜੇ ਤੱਕ ਕੰਮ ਕਰੀਦਾ ਅਤੇ ਉਹਦੇ ਬਾਅਦ ਉਕਾਰ ਅਤੇ ਮਾਸ਼ਾਅੱਲਾ ਗਰੀਸ ਨਾਲ ਡਬਲ ਤ੍ਰਿਪਲ ਪੈਸੇ ਬਣ ਜਾਂਦੇ ਨੇ ਇੱਥੇ ਠੰਡ ਦੀ ਸ਼ਿੱਦਤ ਬਹੁਤ ਵੱਧ ਗਈ ਹੈ ਅਤੇ ਕੰਮ ਵੀ ਸਾਡਾ ਹੋ ਗਿਆ ਸਟਾਰਟ 5 ਵਜੇ ਸਹੀ ਕੰਮ ਸਟਾਰਟ ਹੋ ਜਾਂਦਾ ਬਾਕੀ ਉਂਝ ਵਿਹਲੇ ਹੀ ਬਹਿਣਾ ਹੁੰਦਾ ਇਹ ਹੁਣ ਅਸੀਂ ਚੱਲੇ ਹਾਂ ਜੀ ਆਰਡਰ ਦੇਣ ਪਹਿਲੇ ਤਾਂ ਲੈਣ ਚੱਲੇ ਹਾਂ ਸ਼ੋਪ ਅਤੇ ਫਿਰ ਬਾਅਦ 'ਚ ਦੇਣਾ ਹੈ ਓਹ ਹੋ ਇੱਧਰ ਗਈਏ 7 ਵਜੇ ਦਾ ਟਾਈਮ ਹੈ ਅਤੇ ਅਸੀਂ ਇਸ ਟਾਈਮ ਖੋਲ੍ਹੇ ਹਾਂ 16 ਸੈਂਟਰਮ 'ਤੇ
ਇਹ ਬੜਾ ਵੱਡਾ ਇੱਥੇ ਮਾਲ ਹੈ ਅਤੇ ਇਸ ਚੀਜ਼ ਦੇ ਅਕਸਰ ਆਰਡਰ ਸਾਨੂੰ ਪੈਂਦੇ ਰਹਿੰਦੇ ਨੇ। ਇਹ ਵੇਖ ਸਕਦੇ ਹੋ ਤੁਸੀਂ, ਸਾਡਾ ਤਕਰੀਬਨ ਇੱਕ ਘੰਟਾ ਰਹਿ ਗਿਆ, ਉਹਦੇ ਬਾਅਦ ਛੁੱਟੀ 8:30 9:30 ਵਜੇ। ਇਹ ਹੈ ਜੀ ਮਾਲ ਆਫ ਸਕੰਡੀਨੇਵੀਆ, ਸਾਰਾ ਬਹੁਤ ਹੀ ਮਸ਼ਹੂਰ ਮਾਲ ਹੈ। ਹਰ ਪੂਰੇ ਸਟਾਕਹੋਮ ਕੀ ਦੁਕਾਨੇ ਇੱਕ ਸਾਈਡ ਪੇ ਔਰ ਇਸ ਮਾਲ ਕੀ ਦੁਕਾਨੇ ਇੱਕ ਸਾਈਡ ਪੇ ਹੈ। ਇੱਧਰ ਸੇ ਵੀ ਹਮਾਰੇ ਬਹੁਤ ਆਰਡਰ ਨਿਕਲਤੇ ਹੈ। ਇਸ ਟਾਈਮ ਜੀ ਬੈਠੇ ਹਾਂ ਅਸੀਂ ਗੱਡੀ ਦੇ ਵਿੱਚ ਅਤੇ 8 ਵਜੇ ਤੋਂ ਬਾਅਦ ਗੱਡੀ 'ਚ ਕੰਮ ਕਰਨਾ ਮੈਂ ਅੱਬੂ ਦੇ ਨਾਲ ਡਿਲੀਵਰੀ ਦਾ ਹੀ। ਇਹ ਪਿੱਛੇ ਬੈਗ ਚੈੱਕ ਕਰ ਸਕਦੇ ਹੋ ਕਿਉਂਕਿ 8 ਤੋਂ ਬਾਅਦ ਬਹੁਤ ਸਰਦੀ ਹੁੰਦੀ ਹੈ ਅਤੇ ਇਸ ਕਰਕੇ 8 ਤੋਂ ਪਹਿਲੇ ਸਕੂਟਰ 'ਤੇ ਵੀ ਕੰਮ ਹੋ ਜਾਂਦਾ ਅਤੇ 11 ਵਜੇ ਅਸੀਂ ਕੰਮ ਨੂੰ ਸਟਾਪ ਕਰਕੇ ਕਾਰ ਨੂੰ ਤੁਰ ਜਾਂਦੇ ਹਾਂ। ਤਕਰੀਬਨ ਸੁਬਹਾ ਹੁੰਦਾ 11 ਤੋਂ 1 ਵਜੇ ਤੱਕ, ਫਿਰ 3 ਘੰਟੇ 4 ਘੰਟੇ ਰੈਸਟ ਬਰੇਕ ਕਰੀਦੀ ਅਤੇ ਉਹਦੇ ਬਾਅਦ 5 ਤੋਂ ਲੈ ਕੇ 8 ਵਜੇ ਤੱਕ ਸਹੀ ਬੂਸਟ ਦਾ ਕੰਮ ਹੁੰਦਾ, ਬਾਕੀ ਅੱਗੇ ਪਿੱਛੇ ਨਹੀਂ ਹੁੰਦਾ। ਜ਼ਿਆਦਾਤਰ ਕੰਮ ਇੱਥੇ ਸਵੀਡਨ 'ਚ ਹੀ ਹੈ, ਡਿਲੀਵਰੀ ਦਾ ਬੜਾ ਘੱਟ ਕੰਮ ਹੈ ਜਿਹੜਾ ਦੂਸਰਾ ਕਰਦੇ ਨੇ ਬੰਦੇ, ਇਹੀ ਮੈਂ ਤਾਂ ਵੇਖਿਆ। ਬਾਕੀ ਹੁਣ ਆ ਗਿਆ ਸਟਾਕਹੋਮ 'ਚ ਸਵੀਡਨ 'ਚ ਅਤੇ ਟਾਈਮ ਕੱਢ ਕੇ ਤੁਹਾਡੇ ਵਾਸਤੇ ਵਲੋਗ ਵੀ ਬਣਾਉਂਦੇ ਰਹਾਂਗੇ ਕਿਉਂਕਿ ਇੱਥੇ ਬਿਜ਼ੀ ਬਹੁਤ ਜ਼ਿਆਦਾ ਹੋ ਗਏ ਹਾਂ। ਕੰਮ ਸਾਡਾ ਇਹੀ ਦਾ, ਸਾਰੇ ਹੀ ਤਕਰੀਬਨ ਇੱਥੇ ਬਿਜ਼ੀ ਨੇ, ਟਾਈਮ ਕੱਢ ਕੇ ਅਤੇ ਵਲੋਗ ਇੱਕ ਇੱਕ ਬਣਾਉਂਦੇ ਰਹਾਂਗੇ, ਪਰ ਹੁਣ ਦੇ ਬਹੁਤ ਘੱਟ। ਅਤੇ ਇਹਦੇ ਨਾਲ ਸਾਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼, ਮਿਲਾਂਗੇ ਨੈਕਸਟ ਵਲੋਗ 'ਚ।